ਸਤਿ ਸ਼੍ਰੀ ਅਕਾਲ ਦੋਸਤੋ, ਗੁਰਨੇਕ ਸਿੰਘ ਢਿੱਲੋਂ ਤੁਹਾਡਾ ਸਵਾਗਤ ਕਰਦਾ ਜੀ। ਨਿਊ ਗੋਲਡਨ ਐਵੀਨਿਊ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ ਕੋਰਨ ਵਾਲੀ ਕੋਠੀ ਵਿਖਾਉਣ ਵਾਸਤੇ। ਪੁਰਾਣਾ ਤਰੀਕੇ ਨਾਲ ਇੱਕ ਬਹੁਤ ਸੋਹਣਾ ਜਿਹੜਾ ਵਾ ਟਾਈਲ ਸਟੋਨ ਲਾ ਕੇ ਐਲੀਵੇਸ਼ਨ ਤਿਆਰ ਕੀਤਾ ਆ। ਔਰ ਇਹ ਸਾਡੇ ਦੋਸਤ ਜਿਹੜੇ ਨੇ ਅੱਜ ਕੱਲ੍ਹ ਬਾਹਰ NRI ਹੋ ਗਏ, ਕੈਨੇਡਾ ਸੈਟਲ ਆ। ਗੱਡੀ ਵੀ ਜਿਹੜੀ ਇਨਕਲੂਡਡ ਆ, ਇਹ ਪਾਰਕਿੰਗ ਆ। ਇੱਧਰ ਨੂੰ ਵੀ ਗੱਡੀ ਲੱਗ ਸਕਦੀ, ਉੱਧਰ ਨੂੰ ਵੀ ਦੋ ਗੱਡੀਆਂ ਦੀ ਪਾਰਕਿੰਗ ਆਪਾਂ ਕਰ ਸਕਦੇ ਹਾਂ। ਇਹ ਸਿਕਿਉਰਟੀ ਗੇਟ ਵੀ ਵੈਸੇ ਤਾਂ ਵੈਸੇ ਹੀ ਬਣੀ, ਇਹ ਸੇਫ ਜਗ੍ਹਾ 'ਤੇ ਹੈਗਾ ਜਿਹੜਾ ਏਰੀਆ ਵਾ। ਔਰ ਇਹਦੇ ਉੱਪਰ ਵੀ ਦੋਸਤੋ ਦੋ ਰੂਮ ਨੇ। ਇਹ ਸਟੇਅਰ ਕੇਸ ਆ, ਤੁਹਾਨੂੰ ਵਿਖਾਉਂਦੇ ਹਾਂ। ਅਤੇ ਪੁਰਾਣਾ ਓਲਡ ਸਕੂਲ ਜਿਹੜਾ ਇਹ ਮੈਸ਼ ਡੋਰ, ਔਰ ਇਹ ਦਰਵਾਜ਼ਾ। ਔਰ ਇਸ ਪਾਸੇ ਜਿਹੜਾ ਉਹ ਕਿਚਨ ਵਿਦ ਬਲੈਕ ਟੋਪ, ਜਿਵੇਂ ਦੱਸਿਆ ਹੀ ਆ ਕਿ ਕੰਸਟਰਕਸ਼ਨ ਜਿਹੜੀ ਆ ਉਹ ਥੋੜ੍ਹੀ ਪੁਰਾਣੀ ਆ, ਕੋਈ 10 ਕੁ ਸਾਲ ਦੇ ਕਰੀਬ, ਪਰ ਅੱਛੇ ਤਰੀਕੇ ਨਾਲ ਮੇਨਟੇਨ ਆ। ਇਹ ਹੋਬਸ, ਚਿਮਨੀ ਵਗੈਰਾ, ਇਹ ਫਰਿੱਜਰ, ਠੀਕ ਹੈ, ਇਹ ਸਾਰਾ ਸਮਾਨ। ਇੱਧਰ ਇਹ ਆ ਗਿਆ ਜੀ ਡਰਾਇੰਗ ਰੂਮ ਦਾ ਏਰੀਆ ਦੋਸਤੋ। ਇਹ AC, ਫੈਨ, ਲਾਈਟਸ, ਐਵਰੀਥਿੰਗ, ਸਾਰਾ ਕੁਛ ਜਿਹੜਾ ਉਹ ਇਨਕਲੂਡਡ ਹੀ ਆ ਦੋਸਤੋ। ਸੋ ਇਹ ਬੜੀ ਸੇਫ ਜਗ੍ਹਾ 'ਤੇ, ਬਿਲਕੁਲ ਸ਼ਹਿਰ ਦੇ ਵਿੱਚ ਬੱਸ ਸਟੈਂਡ ਤੋਂ ਬਹੁਤ ਨੇੜੇ ਜਿਹੜਾ ਇਹ ਏਰੀਆ ਆ। ਸੋ ਇਹ ਲੋਬੀ ਦਾ ਏਰੀਆ ਤੁਸੀਂ ਵੇਖ ਰਹੇ ਹੋ ਇੱਥੇ ਦੋਸਤੋ। ਤੋ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਗਰਾਊਂਡ ਫਲੋਰ ਦਾ ਫਸਟ ਜਿਹੜਾ ਬੈੱਡਰੂਮ ਹੈ। ਇਹ ਫਸਟ ਬੈੱਡਰੂਮ ਹੈ ਜੀ। ਇਹਦੇ ਵਿੱਚ ਇੱਧਰ LCD ਪੈਨਲ, LCD ਇੱਥੇ ਨਹੀਂ ਆ, ਸੋ ਨਹੀਂ ਮਿਲੇਗੀ ਜੋ ਇੱਥੇ ਹੈਗਾ। ਇਸ ਪਾਸੇ ਬਹੁਤ ਸਾਰੀ ਕਬਰਡਸ ਆਪਾਂ ਨੂੰ ਮਿਲ ਜਾਂਦੀਆਂ, ਪੂਰੀ ਦੀ ਪੂਰੀ ਸਟੋਰੇਜ ਜਿੰਨੀ ਮਰਜ਼ੀ। ਇਹ ਬੈੱਡ ਇਨਕਲੂਡਡ ਆ। ਇਸ ਪਾਸੇ ਬਾਥਰੂਮ, ਪਲੀਜ਼ ਚੈੱਕ ਕਰ ਲਓ। ਔਰ ਇਹ ਇਸ ਤੋਂ ਬਾਅਦ ਇਸ ਪਾਸੇ ਆ ਜਾਂਦਾ ਜੀ। ਇਹ ਤੁਸੀਂ ਇਹਨੂੰ ਜਿਹੜਾ ਸ਼ਾਫਟ ਦਾ ਏਰੀਆ, ਡਕਟ ਏਰੀਆ, ਔਰ ਇਹਨੂੰ ਐਜ਼ ਏ ਸਟੋਰ ਵੀ ਆਪਾਂ ਇੱਥੇ ਯੂਜ਼ ਕਰ ਰਹੇ ਹਾਂ। ਸੈਕਿੰਡ ਬੈੱਡਰੂਮ ਹੈ ਗਰਾਊਂਡ ਫਲੋਰ, ਮਤਲਬ ਗਰਾਊਂਡ ਫਲੋਰ ਦੇ ਉੱਤੇ। ਇਹ ਸਾਰੇ ਇਸ ਪਾਸੇ ਕਬਰਡਸ ਬਣੀਆਂ ਹੋਈਆਂ, ਕਾਫੀ ਅੱਛੀ ਸਪੇਸ ਜਿਹੜੀ ਯੂਜ਼ ਕੀਤੀ ਗਈ ਆ। ਇਸ ਪਾਸੇ ਇਹ ਡਰੈਸਿੰਗ ਹੈ, ਔਰ ਇੱਧਰ ਨਾਲ ਦੇ ਬੰਨੇ ਜਿਹੜਾ ਵਾ ਇਹ ਸਟੋਰ ਹੈ, ਇਹਨਾਂ ਨੂੰ ਐਜ਼ ਏ ਮੰਦਰ ਇਹਨਾਂ ਨੇ ਯੂਜ਼ ਕੀਤਾ ਹੋਇਆ। ਔਰ ਇਹਦੇ ਨਾਲ ਵੀ ਇੱਧਰੋਂ ਦੋਸਤੋ ਇੱਥੋਂ ਇਹ ਲਾਈਟ ਵੈਂਟੀਲੇਸ਼ਨ ਲਈ ਵਿੰਡੋਜ਼ ਮਿਲ ਜਾਂਦੀਆਂ। ਇੱਧਰ ਅਟੈਚ ਬਾਥਰੂਮ ਹੈ ਦੋਸਤੋ, ਔਰ ਇਹ ਅਟੈਚ ਬਾਥਰੂਮ ਹੈ। ਇਸਦੇ ਪਾਸੇ ਵੈਂਟੀਲੇਸ਼ਨ ਲਾਈਟ ਹੈਗੀ ਹੈ। AC ਤੁਸੀਂ ਵੇਖ ਰਹੇ ਹੋ ਵਿੱਚ, AC ਜਿਹੜੇ ਲੱਗੇ ਨੇ ਇਹ ਵੀ ਇਨਕਲੂਡਡ ਆ। ਸੋ ਆਓ ਹੁਣ ਆਪਾਂ ਫਸਟ ਫਲੋਰ ਚੈੱਕ ਕਰਦੇ ਹਾਂ। ਇਹ ਜਿਹੜੀ ਓਲਡ ਸਕੂਲ ਟਾਈਪ, ਤੁਹਾਨੂੰ ਇੱਥੇ ਸਟੇਅਰ ਕੇਸ ਔਰ ਗ੍ਰਿਲ ਮਿਲ ਜੂਗੀ। ਔਰ ਇਹ ਥੋੜ੍ਹਾ ਮੌਂਟੀ ਦਾ ਏਰੀਆ ਵਾ, ਇਹ ਸਪੇਸ ਵੀ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ। ਇਨਵੇਟਰ ਵੀ ਇੰਸਟਾਲ ਹੈਗਾ ਜੀ ਦੋਸਤੋ। ਇਹ ਥੋੜ੍ਹਾ ਵਿਹੜੇ ਦਾ ਏਰੀਆ, ਔਰ ਇਹ ਦੋ ਰੂਮ ਨੇ ਦੋਸਤੋ, ਹਾਲੇ ਕੰਪਲੀਟ ਨਹੀਂ ਗਏ, ਜਿਸ ਤਰ੍ਹਾਂ ਹੈਗੇ ਇਸ ਤਰ੍ਹਾਂ ਹੀ ਇਹ ਸਭ ਕੁਝ ਤੁਹਾਨੂੰ ਇੱਦਾਂ ਹੀ ਮਿਲ ਜਾਏਗਾ। ਇਹਦੇ ਨਾਲ ਇੱਥੇ ਇਸ ਪਾਸੇ ਅਟੈਚ ਬਾਥਰੂਮ ਹੈ, ਔਰ ਇਹ ਪਾਸਾ ਡੱਕਟ ਦਾ ਏਰੀਆ। ਦੋਸਤੋ ਇਹ ਦੂਜਾ ਇੱਕ ਹੋਰ ਰੂਮ ਹੈ, ਇਹਦੇ ਪਿੱਛੇ ਵੀ ਬਾਥਰੂਮ ਦੀ ਪ੍ਰੋਵੀਜ਼ਨ ਹੈਗੀ ਹੈ। ਹਾਲੇ ਬਾਥਰੂਮ ਜਿਹੜਾ ਇਹ ਕੰਪਲੀਟ ਨਹੀਂ ਹੋਇਆ, ਬਣਾਇਆ ਨਹੀਂ ਗਾ। ਸੋ ਇਹ ਟੋਟਲ ਕੰਸਟਰਕਸ਼ਨ ਆ ਦੋਸਤੋ। ਇਹ 175 ਗਜ਼ ਦੀ ਕੋਰਨ ਵਾਲੀ ਜਿਹੜੀ ਕੋਠੀ ਆ, ਘਰ ਆ, ਨਿਊ ਗੋਲਡਨ ਐਵੀਨਿਊ ਦੇ ਵਿੱਚ, ਬੱਸ ਸਟੈਂਡ ਤੋਂ ਬਹੁਤ ਨੇੜੇ ਆ, ਦਰਬਾਰ ਸਾਹਿਬ ਵੀ ਬਹੁਤ ਨੇੜੇ ਆ। ਬਹੁਤ ਹੀ ਸੇਫ ਸਿਕਿਓਰ ਏਰੀਆ ਵਾ। ਗਲੀਆਂ ਜਿਹੜੀਆਂ ਬਹੁਤ ਜ਼ਿਆਦਾ ਵੱਡੀਆਂ ਨਹੀਂ ਆ, 25-30 ਫੁੱਟ ਦਾ ਇੱਥੇ ਜਿਹੜੀਆਂ ਗਲੀਆਂ ਹੈਗੀਆਂ ਨੇ। ਪਰ ਕਿਸੇ ਟਾਈਮ ਦੀ ਇਹ ਬਹੁਤ ਹੀ ਮਸ਼ਹੂਰ ਅਤੇ ਬਹੁਤ ਹੀ ਵਧੀਆ ਪੌਸ਼ ਕਲੋਨੀ ਆ, ਅੱਜ ਵੀ ਪੌਸ਼ ਕਲੋਨੀ ਆ।
ਸੋ ਇਹਦੀ ਜਿਹੜਾ ਪ੍ਰਾਈਜ਼ ਆ ਉਹ ਤੁਸੀਂ ਥੰਬਨੇਲ 'ਚ ਪੜ੍ਹ ਹੀ ਲਿਆ ਹੋਣਾ ਵਾ। ਸੋ ਤੁਸੀਂ ਟਾਈਮ ਦਿੱਤਾ ਸਾਰੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ। ਕੋਈ ਵੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ, ਆਲ ਦੀ ਬੈਸਟ।